ਤੈਨੂੰ ਅਨਮੋਲ ਗਗਨ ਮਾਨ ਨੇ ਅੱਜ ਪਾਰਟੀ ਜੁਆਇਨ ਕਰ ਲਈ ਸਿੰਗਰ ਨੇ ਚਲੋ ਕੋਈ ਗੱਲ ਨਹੀਂ ਕਰ ਲਈ ਪਾਰਟੀ ਜੁਆਇਨ ਵਧੀਆ ਹੋ ਗਿਆ ਪਰ ਭਗਵੰਤ ਮਾਨ ਬਾਈ ਗੱਲ ਸੁਣ ਲੈ ਇੱਕ ਇਹ ਜਿੰਨੇ ਵੀ ਸਿੰਗਰ ਆ ਗਗਨ ਕੋਕਰੀ ਪਰਮੀਸ਼ ਵਰਮਾ ਜੱਸੀ ਗਿੱਲ ਵਰਗੇ ਕੋਈ ਦੱਸੋ ਪਟਿਆਲੇ ਤੋਂ ਟਿਕਟ ਭਾਲੂ ਕੋਈ ਮੋਗੇ ਤੋਂ ਭਾਲੂ ਇਹ ਹੋ ਗਏ ਵਿਹਲੇ ਕਿਉਂਕਿ ਇਹਨਾਂ ਨੂੰ ਠੋਕਤਾ ਮੂਸੇ ਵਾਲੇ ਨੇ ਜਿਵੇਂ ਸਾਡਾ ਪਿੱਛੋਂ ਵਾਲਾ ਸੀਰਾ ਇੱਧਰ ਜਾਫੀਆ ਬਠਿੰਡੇ ਜ਼ਿਲ੍ਹੇ ਦਾ ਮਾਰਦਾ ਰੇਡਰ ਦੇ ਧੌਲਾਂ ਕਰਕੇ ਧੌਲ ਝੋਲਾ ਝੋਲਾ ਜਿਹਾ ਨਹੀਂ ਦੀਦਾ ਹੁੰਦਾ ਉਵੇਂ ਸਿੰਗਰਾਂ ਨੂੰ ਮੂਸੇ ਵਾਲੇ ਨੇ ਦਿਸਣ ਲੱਗਦਾ ਝੋਲਾ ਝੋਲਾ ਜਿਹਾ ਉਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਸੀ ਵੀ ਜਾਈਏ ਕਿੱਧਰ ਨੂੰ ਉਹ ਪਤੰਦਰ ਹੁਣ ਤੇਰੇ ਕੋਲੇ ਆ ਕੇ ਡਿੱਗਣਗੇ ਓਏ ਭਰਾਵਾ ਵਾਲਾ ਦੇਖ ਕੇ ਇਹਨਾਂ ਨੂੰ ਸਾਂਵਲ ਕਰ ਸਿੰਗਰ ਇਹ ਕੰਮ ਨਹੀਂ ਕਰ ਸਕਦੇ ਹੁੰਦੇ ਇਹਨਾਂ ਦਾ ਦਿਲ ਤਾਂ ਚਿੜੀ ਦੇ ਬੱਚੇ ਏਡਾ ਹੁੰਦਾ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੋ ਵੀ ਚਾਹੁੰਦੇ ਕਿ ਬੀਤੇ ਦਿਨ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ ਜੀ ਹਾਂ ਐਕਟਰੈਸ ਸਿੰਗਰ ਰਾਈਟਰ ਜੋ ਵੀ ਤੁਸੀਂ ਕਹਿ ਸਕਦੇ ਹੋ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਜਾਣਿਆ ਮਾਣਿਆ ਨਾਮ ਸੀ ਅਨਮੋਲ ਗਗਨ ਮਾਨ ਪਰ ਅਨਮੋਲ ਗਗਨ ਮਾਨ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਵੀ ਤਰ੍ਹਾਂ ਦੇ ਤਾਂਜ ਆਮ ਆਦਮੀ ਪਾਰਟੀ ਦੇ ਕੱਸੇ ਜਾ ਰਹੇ ਨੇ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਜਗਦੀਪ ਰੰਧਾਵਾ ਦੀ ਤਾਂ ਜਗਦੀਪ ਰੰਧਾਵਾ ਨੇ ਭਗਵੰਤ ਮਾਨ ਨੂੰ ਕੁਝ ਸਲਾਹ ਦਿੱਤੀ ਹੈ ਆਖਿਰ ਕੀ ਸਲਾਹ ਦਿੱਤੀ ਹੈ ਆਓ ਮਾਰਦੇ ਹਾਂ ਇੱਕ ਨਜ਼ਰ ਤੇ ਕਿੰਨੇ ਜਾਣੇ ਹੋ ਗਏ ਹੁਣ 100 ਹੋ ਗਿਆ ਦੱਬਦੇ ਹੋ ਗਿਆ 100 ਜਾਣਾ ਦੱਬਦਾ ਕਿੱਲੀ ਦੱਬਦੇ ਠਾਲਿਆਂ ਕਰਦਾ ਜਾਵਾਂ ਲਾ ਵੀ ਗੱਲ ਸੁਣ ਲਓ ਭਰਾਵੋ ਭਗਵੰਤ ਮਾਨ ਹੈਗਾ ਆਪਣਾ ਪੱਕਾ ਮਿੱਤਰ ਆ ਮੈਥੋਂ ਬਹੁਤ ਸਿਆਣਾ ਆਪਾਂ ਇੱਕ ਆਮ ਜੇ ਦੇਸੀ ਜੀ ਰਾਏ ਦੇਣੀ ਆ ਭਗਵੰਤ ਮਾਨ ਨੂੰ ਮੈਥੋਂ ਬਹੁਤ ਜ਼ਿਆਦਾ ਸਿਆਣਾ ਕਿਉਂਕਿ ਉਹਨੇ 2-3 ਵਾਰੀ ਢੀਂਡਸੇ ਦਾ ਪਤੀਲਾ ਮਾਂਜਿਆ ਵਾ ਬਹੁਤ ਸਿਆਣਾ ਹੁੰਦਾ ਗਾ ਠੀਕ ਆ ਪਰ ਇੱਕ ਮੇਰੀ ਦੇਸੀ ਜੀ ਰਾਏ ਆ ਵੀ ਭਰਾਵਾ ਭਗਵੰਤ ਮਾਨਾ ਮੈਂ ਤੈਨੂੰ ਅਨਮੋਲ ਗਗਨ ਮਾਨ ਨੇ ਅੱਜ ਪਾਰਟੀ ਜੁਆਇਨ ਕਰ ਲਈ ਸਿੰਗਰ ਨੇ ਚਲੋ ਕੋਈ ਗੱਲ ਨਹੀਂ ਕਰ ਲਈ ਪਾਰਟੀ ਜੁਆਇਨ ਵਧੀਆ ਹੋ ਗਿਆ ਪਰ ਭਗਵੰਤ ਮਾਨ ਬਾਈ ਗੱਲ ਸੁਣ ਲੈ ਇੱਕ ਇਹ ਜਿੰਨੇ ਵੀ ਸਿੰਗਰ ਆ ਗਗਨ ਕੋਕਰੀ ਪਰਮੀਸ਼ ਵਰਮਾ ਜੱਸੀ ਗਿੱਲ ਵਰਗੇ ਕੋਈ ਦੱਸੋ ਪਟਿਆਲੇ ਤੋਂ ਟਿਕਟ ਭਾਲੂ ਕੋਈ ਮੋਗੇ ਤੋਂ ਭਾਲੂ ਇਹ ਹੋ ਗਏ ਵਿਹਲੇ ਕਿਉਂਕਿ ਇਹਨਾਂ ਨੂੰ ਠੋਕਤਾ ਮੂਸੇ ਵਾਲੇ ਨੇ ਜਿਵੇਂ ਸਾਡਾ ਪਿੱਛੋਂ ਵਾਲਾ ਸੀਰਾ ਇੱਧਰ ਜਾਫੀਆ ਬਠਿੰਡੇ ਜ਼ਿਲ੍ਹੇ ਦਾ ਮਾਰਦਾ ਰੇਡਰ ਦੇ ਧੌਲਾਂ ਕਰਕੇ ਧੌਲ ਝੋਲਾ ਝੋਲਾ ਜਿਹਾ ਨਹੀਂ ਦੀਦਾ ਹੁੰਦਾ ਉਵੇਂ ਸਿੰਗਰਾਂ ਨੂੰ ਮੂਸੇ ਵਾਲੇ ਨੇ ਦਿਸਣ ਲੱਗਦਾ ਝੋਲਾ ਝੋਲਾ ਜਿਹਾ ਉਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਸੀ ਵੀ ਜਾਈਏ ਕਿੱਧਰ ਨੂੰ ਉਹ ਪਤੰਦਰ ਹੁਣ ਤੇਰੇ ਕੋਲੇ ਆ ਕੇ ਡਿੱਗਣਗੇ ਓਏ ਭਰਾਵਾ ਵਾਲਾ ਦੇਖ ਕੇ ਇਹਨਾਂ ਨੂੰ ਸਾਂਵਲ ਕਰ ਸਿੰਗਰ ਇਹ ਕੰਮ ਨਹੀਂ ਕਰ ਸਕਦੇ ਹੁੰਦੇ ਇਹਨਾਂ ਦਾ ਦਿਲ ਤਾਂ ਚਿੜੀ ਦੇ ਬੱਚੇ ਏਡਾ ਹੁੰਦਾ ਯਾਰ ਕਰ ਨਾ ਤਾਂ ਇਹ ਕੋਈ ਕੁਰਬਾਨੀ ਦੇ ਸਕਦੇ ਹੁੰਦੇ ਆ ਕਿਉਂਕਿ ਪਾਰਟੀ ਪਿੱਛੇ ਤਾਂ ਐਂ ਨਹੀਂ ਪਤਾ ਠਾਣੇ ਜਾਣਾ ਪਏ ਪੰਜਾਬੀ ਮਾਂ ਬੋਲੀ ਲਈ ਐਸਵਾਈਲ ਲਈ ਨਹਿਰ ਲਈ ਚੰਡੀਗੜ੍ਹ ਰਾਜਧਾਨੀ ਲਈ ਵੀ ਜਦੋਂ ਸੰਘਰਸ਼ ਕਰਨਾ ਪਏ ਜੋ ਪੈ ਜਾਂਦਾ ਉਦੋਂ ਪੁਲਿਸਾਂ ਨਾਲ ਵੀ ਪੰਗੇ ਪੈਂਦੇ ਆ ਰਾਤ ਨੂੰ ਪੱਲੀਆਂ ਵੀ ਵਸਾਉਣੀਆਂ ਪੈਂਦੀਆਂ ਕਾਲੇ ਪਾਣੀ ਦੀ ਸਜ਼ਾ ਵੀ ਕੱਟਣੀ ਪੈਂਦੀ ਆ ਜੇਲ੍ਹਾਂ 'ਚ ਵੀ ਜਾਣਾ ਪੈਂਦਾ ਇਹ ਸਿੰਗਰਾਂ ਦਾ ਦਿਲ ਹੁੰਦਾ ਚਿੜੀ ਦੇ ਬੱਚੇ ਏਡਾ ਤਾਂ ਕੈਮਰੇ ਕੁਮਰੇ ਮੂਹਰੇ ਐਕਟਿੰਗ ਕਰਕੇ ਰੋਣ ਵਾਲੇ ਹੁੰਦੇ ਤਾਂ ਮਾੜੇ ਨਾਲ ਰੋਣ ਲੱਗ ਜਾਂਦੇ ਤਾਂ ਤਾਰੇ ਦੇਖ ਕੇ ਗਾਣਾ ਲਿਖ ਕੇ ਰੋਣ ਲੱਗ ਜਾਂਦੇ ਆ ਇਹ ਭਰਾਵਾ ਇਹ ਨਹੀਂ ਹੁੰਦੇ ਪਾਰਟੀਆਂ ਬੂਟਿਆਂ ਵਾਲੇ ਇਹਨਾਂ ਨੂੰ ਦੇਖ ਕੇ ਪਾਰਟੀਆਂ ਬੂਟਿਆਂ 'ਚ ਵਾੜ ਤੇਰੇ ਕੋਲ ਬੰਦੇ ਬਥੇਰੇ ਹੈਗੇ ਨਵਜੋਤ ਮਹਿਤੇ ਵਰਗੇ ਹੋਰ ਥੱਲੇ ਕਿੱਦਾਂ ਦਾ ਐਕਸਪੀਰੀਅੰਸ ਆ ਕਿੱਦਾਂ ਦੀ ਆਵਾਂ ਦੀ ਪਾਰਟੀ ਬਣੀ ਆ ਲੋਕਾਂ 'ਚ ਵਿਚਰਦੇ ਆ ਉਹਨਾਂ ਨੂੰ ਤੂੰ ਮੂਹਰੇ ਲਿਆ ਉਹਨਾਂ ਨੂੰ ਟਿਕਟਾਂ ਟੁਕਟਾਂ ਦੇ ਸਿੰਗਰਾਂ ਸੁੰਗਰਾਂ ਦਾ ਨਹੀਂ ਸੈੱਟ ਆਉਂਦਾ ਇਹਨਾਂ ਕੋਲ ਤਾਂ ਬਾਂਸਰ ਬੂੰਸਰ ਜੇ ਹੁੰਦੇ ਆ ਤਾਂ ਪਹਿਲੀ ਗੱਲ ਫੋਟੋ ਨਹੀਂ ਖਿਚਾਉਣ ਦਿੰਦੇ ਇਹ ਆਮ ਲੋਕਾਂ 'ਚ ਕਿੱਥੇ ਵਗ ਜਾਣਗੇ ਸਾਨੂੰ ਤਾਂ MLA ਉਹੋ ਜਿਹੇ ਚਾਹੀਦੇ ਜਿਹੜੇ ਸਾਡੇ ਨਾਲ ਬੱਟਾਂ ਕਢਾਉਣ ਭਗਵੰਤ ਮਾਨ ਬਾਈ ਤੂੰ ਮੇਰਾ ਮਿੱਤਰ ਆ ਤੈਨੂੰ ਮੈਂ ਦੁਆ ਕਰਦਾ ਵੀ ਤੈਨੂੰ ਮੈਂ ਉਦਾਂ ਮਿਲੂੰਗਾ ਜਿੱਦੇ ਤੂੰ ਮੁੱਖ ਮੰਤਰੀ ਬਣ ਗਿਆ ਪਰ ਆਹ ਗੱਲਾਂ ਕੰਨੀ ਗੌਰ ਰੱਖੀ ਵੀ ਇਹ ਗਾਉਣ ਵਜਾਉਣ ਵਾਲੇ ਪਾਰਟੀਆਂ ਹੀ ਨਹੀਂ ਚਲਾ ਸਕਦੇ ਜਿਵੇਂ ਹੁਣ ਬਾਦਲ ਨੇ ਸਦੀਕ ਨੂੰ ਕਿਹਾ ਸੀ ਕਹਿੰਦਾ ਵੀ ਤੂੰ ਤਾਂ ਗਾਉਣ ਵਜਾਉਣ ਜੇ ਵਾਲਾ ਉਹ ਕੰਮ ਜਾਂ ਤੈਨੂੰ ਮੈਂ ਕਹਿਣਾ ਵੀ ਭਾਈ ਤੂੰ ਤਾਂ ਬੰਦਾ ਹੈ ਤਾਂ ਤੂੰ ਗਾਉਣ ਵਜਾਉਣ ਵਾਲੀ ਤੂੰ ਹੈਗਾ ਸੀ ਖਿਡਾਰੀ ਭਗਵੰਤ ਮਾਨਾ ਤੂੰ ਤਾਂ ਪੂਰਾ ਸਿਰਾ ਰਾਜਨੀਤਿਕ ਬੰਦਾ ਗਾ ਤੇਰੇ ਵਰਗਾ ਦਾ ਕੌਣ ਆ ਤੂੰ ਤਾਂ ਲੀਡਰ ਥੱਲੇ ਲਾਹਲੇ ਸਾਰੇ ਯਾਰ ਇਹ ਮੂਸੇ ਵਾਲੇ ਦੇ ਕੁੱਟੇ ਵੇ ਆ ਜਿਵੇਂ ਆਪੋ ਕਹਿ ਨਹੀਂ ਦਿੰਦੇ ਹੁੰਦੇ ਵੀ ਜਿਵੇਂ ਚਿੜੀ ਪਾਣੀ ਪੂਣੀ 'ਚ ਭੇਜੀ ਜਾਂਦੀ ਆ ਖੰਭ ਜੇ ਖਲੇਰੀ ਜਾਂਦੀ ਹੁੰਦੀ ਆ ਉਵੇਂ ਮੂਸੇ ਵਾਲੇ ਦੇ ਕੁੱਟੇ ਵੇ ਉਹ ਕਿਸੇ ਦਾ ਗਾਣਾ ਨਹੀਂ ਚੱਲਣ ਦਾ ਸਾਰੇ ਤੇਰੇ ਕੰਨੀ ਆਉਣਗੇ ਤੈਨੂੰ ਪਰਮੀਸ਼ ਵਰਮਾ ਕੋ ਮੈਨੂੰ ਪਟਿਆਲੇ 'ਚ ਟਿਕਟ ਦੇ ਗਗਨ ਕੋਖਰੀ ਮੋਗੇ 'ਤੇ ਭਾਲੂ ਇਹ ਸਾਰੇ ਤੇਰੇ ਕੋਲ ਪਹੁੰਚਣਗੇ ਇਸ ਲਈ ਬਾਈ ਦੇਖ ਕੇ ਸਿੰਗਰਾਂ ਸੁੰਗਰਾਂ ਦਾ ਘੱਟ ਹੀ ਉਹ ਕਰ ਇਹ ਕੁਰਬਾਨੀ ਦੇਣ ਵਾਲੇ ਨਹੀਂ ਹੁੰਦੇ ਇਹਦਾ ਚਿੜੀ ਦੇ ਬੱਚੇ ਜਿਹੜਾ ਦਿਲ ਹੁੰਦਾ ਯਾਰ ਮਾੜੇ ਨਾ ਰੋਣ ਲੱਗ ਜਾਂਦਾ ਐਕਟਰ ਬੰਦੇ ਹੁੰਦੇ ਆ ਯਾਰ ਇਹਦਾ ਜਿਵੇਂ 100 ਪੀਸੇ ਪੀਸ 'ਚ ਆਏ ਆ ਤਾਂ ਫੁੱਲ ਜਾਂ ਨਹੀਂ ਦਿਖਾਉਂਦੇ ਉਵੇਂ ਮੇਕਅਪ ਕਰਕੇ ਤਾਂ ਟੌਰੀ ਜਿਹੇ ਬੰਦੇ ਹੁੰਦੇ ਆ ਯਾਰ ਇਹਦਾ ਸਾਡੇ ਵਰਗੇ ਚਾਹੀਦਾ ਕੱਦੂ ਕੁੱਦੂ 'ਚ ਲਿਬੜਨ ਵਾਲੇ ਜੇ ਹੁਣ ਤੈਨੂੰ ਐਂ ਲੱਗਦਾ ਵੀ ਸਿੰਗਰਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਫਿਰ ਤੂੰ ਟਿਕਟ ਮੈਨੂੰ ਵੀ ਦੇ ਕਿਉਂਕਿ ਫਿਰ ਮੈਂ ਤਾਂ ਸਿੰਗਰਾਂ ਨਾਲ ਬਾਹਰ ਤਕੜਾ ਮੈਂ ਤਾਂ ਪੰਜਾਬ ਦੇ ਸਾਰੇ ਮੁੱਦੇ ਪਾਣੀ ਬੋਲੀ ਸਾਰੇ ਕਹੇ ਤੇ ਬੋਲਦਾ ਮੈਨੂੰ ਇੱਕ ਟਿਕਟ ਨਹੀਂ ਫਿਰ ਮੈਨੂੰ ਤਾਂ ਤੂੰ 3 ਟਿਕਟਾਂ ਦੇ ਮੈਂ ਤਾਂ ਪੱਤਰਕਾਰ ਕੀ ਮੈਂ ਤਾਂ ਸਾਰਾ ਪੰਜਾਬ ਕਹੀ ਜਾਂਦਾ ਵੀ ਤੂੰ ਹਰੇਕ ਮੁੱਦੇ ਤੇ ਬੋਲਦਾ ਫਿਰ ਮੈਨੂੰ ਤਾਂ 2-3 ਟਿਕਟਾਂ ਦੇ ਦੇ ਵਧੀਆ ਰਹੇਗਾ ਇਸ ਲਈ ਭਗਵੰਤ ਮਾਨ ਬਾਈ ਤੇਰੇ ਨਾਲ ਆ
पर मेरी पार्टी कोई नहीं, मैं सच्चे बंदे नाल आ, मैं आम उमा दी पार्टी च किसे पार्टी च नहीं मैं काम करदा भगवंत मान भाई। पर तैनूं मैं मुख्यमंत्री देखना चाहुंदा कि तू पंजाब दे भले लई काम करदा, ठीक है। पर भरावा सिंगर लाउण तों ग्रेज कर, इह तेरे कोल ही आउणगे सारे फलॉप हो गए। मूसे वाले ने अंडाट्री बठिंडे तों लुधियाणे बाकी सी, फिर चंडीगढ़ बाकी, हुण मूसे आ गई। इह किहनूं चलण नहीं दिंदा मूसे वाला। इस लई भरावा सारे सिंगर वेल्या पार्टी च ही आउणगे। कुछ कोरोना दा सिस्टम जिहा हो गया, ਇਹ ਸਾਰਿਆਂ ਨੂੰ ਐਂ ਵੀ ਚੱਲ ਆਮ ਆਦਮੀ ਪਾਰਟੀ 'ਚ ਨਿਗਾ ਲੈਂਦੇ ਆ ਸਾਲ 6 ਮਹੀਨੇ, ਠੀਕ ਆ। ਫਿਰ ਐਂ ਨਹੀਂ ਪਤਾ ਬੈਕ ਵਗ ਜਾਣ, ਵਾਪਸ ਵੀ ਜਾ ਸਕਦੇ ਆ, ਕਿਉਂਕਿ ਕੋਈ ਪਤਾ ਨਹੀਂ ਗਾ ਕਿ ਇਸ ਮੱਖਣ ਵੀ ਆ ਗਈ ਪਾਰਟੀ 'ਚੋਂ ਫਿਰ ਬੈਕ ਚਲਿਆ ਗਿਆ, ਠੀਕ ਆ। ਇਹ ਕੁਰਬਾਨੀਆਂ ਕਰਬੂਨੇ ਵਾਲੇ ਹੈ ਨਹੀਂ, ਇਹ ਕੋਈ ਪੁਲਿਸ ਵਾਲੇ ਨਾਲ ਨਹੀਂ, ਥਾਣੇ ਟੂਣੇ 'ਚ ਜਾਣ ਵਾਲੇ। ਇਹਨਾਂ ਨੂੰ ਦੇਖ ਕੇ ਰਲਾ, ਵਰਕਰ ਆਪਣੇ ਕੋਲ ਭੁਮੱਕੜ ਹੈਗੇ ਆ, ਬਹੁਤ ਵਰਕਰ ਆ ਤੇਰੇ ਕੋਲ, ਨਵਜੋਤ ਮਹਿਤਾ ਹੋਰ ਬਥੇਰੇ ਆ ਬਾਈ, ਜਿਹੜੇ ਸਾਰੇ ਚੇਅਰਮੈਨੀਆਂ ਸਰਪੰਚ ਬਣੇ ਹੋਏ, ਉਹਨਾਂ ਨੂੰ ਪਤਾ ਐਕਸਪੀਰੀਅੰਸ ਆ ਵੀ ਲੋਕਾਂ ਦੇ ਕੀ ਦੁੱਖ ਆ, ਲੋਕਾਂ ਨੇ ਕਿਵੇਂ ਵਿਚਰਨਾ, ਉਹਨਾਂ ਨੂੰ ਸਾਰਾ ਪਤਾ। ਇਸ ਲਈ ਭਰਾਵਾ ਜਿਹੜੇ ਇਹ ਮੂਸੇਵਾਲੇ ਦੇ ਠੋਕੇ ਪਿਆ, ਜਿਵੇਂ ਪਿੱਥੋਂ ਵਾਲਾ ਸੀਰਾ, ਤੈਨੂੰ ਉਹ ਪਹਿਲਾਂ ਕਹਿ ਮਾਰਦਾ ਧੌਲ ਰੇਡਰ ਨੂੰ, ਝੋਲਾ ਝੋਲਾ ਦੀ ਨਾ ਵੀ ਕਿੱਧਰ ਨੂੰ ਜਾਵਾਂ। ਇਹਨਾਂ ਨੂੰ ਪਤਾ ਨਹੀਂ ਲੱਗਦਾ, ਫਲੋਪ ਹੋ ਗਏ, ਹੁਣ ਇਹ ਪਾਰਟੀਆਂ ਨੂੰ ਡਿੱਗਣਗੇ, ਸਭ ਦੱਸੋ ਟਿਕਟਾਂ ਭਾਲਣਗੇ। ਪਰਮੀਸ਼ ਵਰਮਾ, ਜੱਸੀ ਗੱਲ ਹੋਰ, ਬੱਬਲ ਰਾਏ ਵਰਗੇ ਮੱਲਾ ਦੇਖ ਕੇ ਚੱਲ, ਤੇਰੇ ਕੋਲ ਵਰਕਰ ਬਥੇਰੇ, ਇਹਨਾਂ ਨੂੰ ਦੇਖ ਕੇ ਚਲੋ। ਗਾਹ ਉਹਨਾਂ ਨੂੰ ਮੂਡ ਮਾਨ ਆ ਗਈ ਤਾਂ ਚਲੋ ਕੋਈ ਗੱਲ ਨਹੀਂ, ਸਵਾਗਤ ਕਰਦੇ ਆ। ਪਰ ਹੁਣ ਗਾਹਾਂ ਦੇਖ ਕੇ ਰਲਾ ਭਰਾਵਾ, ਬਾਕੀ ਤੂੰ ਮੈਥੋਂ ਬਹੁਤ ਸਿਆਣਾ, ਕਿਉਂਕਿ ਮੈਂ ਤੈਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਤੂੰ ਢੀਂਡਸੇ ਨੂੰ ਠੋਕਿਆ ਗਾ, ਢੀਂਡਸੇ ਦਾ ਪਤੀਲਾ ਮਾਂਜਿਆ 2-3 ਵਾਰੀ। ਤੂੰ ਮੇਰੇ ਨਾਲ ਬਹੁਤ ਸਿਆਣਾ, ਬਹੁਤ ਵੱਡਾ ਲੀਡਰ ਆ ਤੂੰ ਇੰਟਰਨੈਸ਼ਨਲ, ਠੀਕ ਆ। ਤੇਰਾ ਕੰਮ ਬਹੁਤ ਵੱਡਾ ਗਾ, ਤੂੰ ਤਾਂ ਹਿੰਦੀ ਚੈਨਲਾਂ ਤੇ ਗਾਹ ਪਾ ਦਿੰਦਾ ਗਾ, ਸੰਸਦ 'ਚ ਮੋਦੀ ਵਰਗਿਆਂ ਨੂੰ ਪਾਣੀ ਪੀਣ ਲਾਉਣਾ, ਤੈਨੂੰ ਮੈਂ ਮੰਨਦਾ। ਪਰ ਭਰਾਵਾ ਸਿੰਗਰਾਂ ਤੋਂ ਦੇਖ ਕੇ ਚੱਲ, ਕਿਉਂਕਿ ਜਦੋਂ ਬੰਦਾ ਫਲੋਪ ਜਾਓ ਜਾਗ ਰੱਖਣਾ ਪਾਰਟੀ ਚੱਲ ਵੜਦੇ ਆ। ਇਸ ਲਈ ਬਸ ਆਹੀ ਗੱਲਾਂ ਬਾਤਾਂ ਸੀ ਭਰਾਵਾ। ਤੇ ਸਾਡੇ ਵਰਗੇ ਜਿਹੜੇ ਬੱਟਾਂ ਬੁੱਟਾਂ ਘੜਦੇ ਆ, ਕੱਦੂ 'ਚ ਲਿੜਦੇ, ਉਹੋ ਜਿਹੇ ਵਰਕਰ ਜਿਹੜੇ ਪੱਲੀਆਂ ਪੁੱਲੀਆਂ ਪਸਾ ਕੇ ਧਰਨੇ ਲਾ ਲੈਣ, ਕਾਲੇ ਪਾਣੀ ਦੀ ਵੀ ਸਜ਼ਾ ਕੱਟ ਜਾਣ, ਪਾਰਟੀਆਂ 'ਚ ਜੇਲ੍ਹਾਂ ਜਾਣ, ਉਹੋ ਜਿਹੇ ਬੰਦੇ ਚਾਹੀਦੇ ਆ, ਫਿਰ ਪਾਰਟੀਆਂ ਉੱਠਦੀਆਂ। ਕਿਉਂਕਿ ਆਪਾਂ ਨੂੰ ਕੀ ਪਤਾ ਕਦੋਂ ਸੰਘਰਸ਼ ਕਰਨਾ ਪੈ ਜੇ, ਬਿਜਲੀ ਦੇ ਬਿੱਲ ਵੱਧ ਗਏ, ਕੈਪਟਨ ਕੁਛ ਨਹੀਂ ਦਿੰਦਾ ਕਰਦਾ, ਪੰਜਾਬ ਫੇਲ ਹੋ ਜਾਂਦਾ, ਆਪਾਂ ਨੂੰ ਕੀ ਪਤਾ ਕਿੱਥੇ ਧਰਨੇ ਲਾਉਣੇ ਪੈਣ। ਉੱਥੇ ਫਿਰ ਇਹਦਾ ਰਬੜ ਦੇ ਕਾਕੇ ਵਰਗੇ ਹੁੰਦੇ, ਇਹਦਾ ਮਸੂਮ ਜੇ ਹੁੰਦੇ ਆ, ਚਿਹਰੇ ਚੂਰੇ ਇਹਨਾਂ ਦੇ ਮੇਕਅਪ ਵਾਲੇ, ਤਾਂ ਹੋਰ ਸੈੱਟ ਮਜ਼ਾ ਹੁੰਦਾ ਸਿੰਗਰਾਂ ਦਾ। ਕਿਉਂਕਿ ਮੈਂ ਵੀ ਇਹ ਦੁਨੀਆਂ 'ਚ ਕੰਮ ਕਰਦਾ ਭਰਾਵਾ, ਦੇਖ ਕੇ ਚੱਲ, ਮੇਰੀ ਤਾਂ ਇਨਸੀਅਤ ਸੀ, ਤੂੰ ਬਹੁਤ ਸਿਆਣਾ ਮੈਥੋਂ। ਬਸ ਇਹੀ ਗੱਲਾਂ ਬਾਤਾਂ ਸੀ, ਧੰਨਵਾਦ ਜੀ। ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ, ਨਹੀਂ ਡਿਲੀਟ ਕਰ ਦਿਓ। ਗਾਲਾਂ ਗੂਲਾਂ ਜਿਹਨੇ ਕੱਢਣੀਆਂ ਜਿਵੇਂ ਕਮੈਂਟ ਕਰਨੇ ਉਹ ਕਰੀਓ, ਤੁਹਾਡੀ ਮਰਜ਼ੀ, ਤੁਹਾਡੀ ਸੋਚ ਆ, ਆਪਾਂ ਗੱਲਾਂ ਜਿਹੜੀਆਂ ਸੱਚੀਆਂ ਕਹਿਣੀਆਂ ਕਹਿ ਗਈਆਂ। ਗੁਰਪਿਆਰਿਓ, ਪੰਜਾਬ ਦੇ ਵਿੱਚ ਅਜਿਹਾ ਵੈਕਿਊਮ ਬਣਿਆ ਹੋਇਆ ਕਿ ਕਿਸੇ ਵੀ ਤੀਸਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾਉਣ ਦਾ ਹਰ ਕੋਈ ਪ੍ਰਯਤਨ ਆਪਣੇ ਵੱਲੋਂ ਕਰੇਗਾ ਹੀ ਕਰੇਗਾ, ਪਰ ਹਰ ਕਿਸੇ ਦੀ ਇੱਛਾ ਇਹੀ ਹੈ ਕਿ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਹੀ ਬਹੁਮਤ ਦੇ ਨਾਲ ਜਿਤਾ ਕੇ ਅੱਗੇ ਭੇਜਿਆ ਜਾਵੇ। ਅਗਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਬਹੁਤ ਮਜ਼ਬੂਤੀ ਨਾਲ ਪੰਜਾਬ ਦੇ ਵਿੱਚ ਉਤਰੀ ਸੀ, ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਸੀ, ਪਰ ਜਿਸ ਤਰੀਕੇ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰੇ ਪਏ, ਸੁਖਪਾਲ ਖਹਿਰਾ, ਧਰਮਵੀਰ ਗਾਂਧੀ ਅਲੱਗ ਹੋਏ, ਹੋਰ ਕਈ ਨਾਮੀ ਆਗੂ ਸੁੱਚਾ ਸਿੰਘ ਛੋਟੇਪੁਰ ਵਰਗੇ ਆਮ ਆਦਮੀ ਪਾਰਟੀ ਤੋਂ ਅਲੱਗ ਹੋਏ, ਉਸ ਤੋਂ ਬਾਅਦ ਲੋਕਾਂ ਦਾ ਭਰੋਸਾ ਇਸ ਪਾਰਟੀ ਨੇ ਆਪ ਹੀ ਗਵਾ ਲਿਆ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਗਾਮੀ 2022 ਦੀਆਂ ਚੋਣਾਂ ਵਿੱਚ ਉਹ ਤੀਸਰੀ ਧਿਰ ਕਿਹੜੀ ਹੁੰਦੀ ਹੈ ਜੋ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦੀ ਹੈ, ਕਿਉਂਕਿ ਰਲ ਚਾਹੇ ਅਕਾਲੀ ਦਲ ਬਾਦਲ ਦੀ ਹੋਵੇ ਜਾਂ ਕਾਂਗਰਸ ਪਾਰਟੀ ਦੀ ਹੋਵੇ, ਦਹਾਕਿਆਂ ਦੇ ਦਹਾਕੇ ਇਹਨਾਂ ਨੇ ਰਾਜ ਕੀਤਾ। ਪਰ ਹੁਣ ਪੰਜਾਬ ਦੀ ਆਵਾਮ ਦੀ ਆਹ ਨਿਕਲ ਚੁੱਕੀ ਹੈ ਤੇ ਉਹਨਾਂ ਦਾ ਭਰੋਸਾ ਇਹਨਾਂ ਰਵਾਇਤੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਉੱਠ ਚੁੱਕਿਆ ਹੈ। ਬਸ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਆਗਾਮੀ 2022 ਦੀਆਂ ਚੋਣਾਂ ਦੇ ਵਿੱਚ ਆਖਿਰ ਉਹ ਤੀਜੀ ਧਿਰ ਕਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਜੋ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦੀ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।